ਦਾ ਇੱਥੇ ਇੱਕ ਐਕਸੀਡੈਂਟ ਹੋਇਆ, ਗੱਡੀ 'ਚ ਐਕਟਿਵਾ ਵੱਜੀ ਆ। ਵੈਲਕਮ ਬੈਕ ਟੂ ਮਾਈ ਚੈਨਲ ਜੀ ਐਸ ਫਿਲਮਸ। ਸੋ ਉਮੀਦ ਹੈ ਸਭ ਕਾਇਮ ਹੋਵੋਗੇ ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਦੋਸਤੋ, ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਆ। ਅੱਜ ਦੀ ਵੀਡੀਓ ਤੁਹਾਨੂੰ ਆਪਾਂ ਦਿਖਾਵਾਂਗੇ ਰੋਇਲ ਕਾਰਸ, ਮਤਲਬ ਕਿ ਉੱਥੇ ਕਾਰਸ ਨੇ, ਬੈਂਟਲੇ, ਜੈਗਵਾਰ, ਹਮਰ ਅਤੇ ਹੋਰ ਕਾਫੀ ਲਗਜ਼ਰੀ ਕਾਰਸ ਨੇ। ਅਤੇ ਉਹ ਕਾਰਸ ਜਿਹੜੀਆਂ ਹੈਗੀਆਂ ਨੇ ਉਹ ਦਿੰਦੇ ਨੇ ਆਪਾਂ ਨੂੰ ਰੈਂਟ 'ਤੇ ਇੱਕ ਦਿਨ ਵਾਸਤੇ। ਜੇ ਕਿਸੇ ਦੀ ਵੈਡਿੰਗ ਹੈਗੀ ਉਹਦੇ ਵਾਸਤੇ ਦੇ ਦੂਗੇ, ਜੇ ਤੁਸੀਂ ਫੋਟੋ ਸ਼ੂਟ ਕਰਾਉਣਾ ਉਹਦੇ ਵਾਸਤੇ ਦੇ ਦੂਗੇ, ਜੇ ਤੁਸੀਂ ਇੱਕ ਦਿਨ ਵਾਸਤੇ ਲੈਣੀ ਰੈਂਟ 'ਤੇ ਕਾਰ ਅਤੇ ਉਹ ਦੇ ਦੂਗੇ। ਅਤੇ ਆਪਾਂ ਉਹਨਾਂ ਨੂੰ ਚੱਲਦੇ ਹਾਂ ਅਤੇ ਤੁਹਾਨੂੰ ਪ੍ਰਾਈਜ਼ ਦੱਸਾਂਗੇ ਕੀ ਨੇ ਇੱਕ ਦਿਨ ਦੇ ਰਹਿਣ ਦੇ, ਅਤੇ ਹੋਰ ਵੀ ਕਾਫੀ ਚੀਜ਼ਾਂ ਤੁਹਾਨੂੰ ਦੱਸਾਂਗੇ, ਤੁਹਾਨੂੰ ਪਤਾ ਲੱਗੂਗਾ। ਆਪਾਂ ਵੀਡੀਓ ਕਰਦੇ ਜੀ ਸ਼ੁਰੂ ਅਤੇ ਚੱਲਦੇ ਹਾਂ ਜੀ। ਸੋ ਗਾਈਜ਼, ਦਾ ਇੱਕ ਬ੍ਰਿਜ ਬਣਦਾ ਪਿਆ ਜਗਰਾਓਂ ਵੱਲ, ਆ ਦੇ ਸਕਦੇ ਤੁਸੀਂ ਕਾਫੀ ਇੰਪਰੂਵਮੈਂਟ ਹੋ ਰਹੀ ਹੈ ਲੁਧਿਆਣੇ 'ਚ ਆ ਬ੍ਰਿਜ ਬਣਾ ਕੇ। ਅਤੇ ਆਈ ਥਿੰਕ ਇਹ 2 ਕੁ ਸਾਲ ਤੱਕ ਉਹ ਬਣ ਜੂਗਾ। ਸੋ ਗਾਈਸ, ਇਹ ਹੈਗਾ ਜੀ ਭਾਰਤ ਨਗਰ ਚੌਂਕ। ਇਹ ਜ਼ੈਬਰਾ ਕ੍ਰੋਸਿੰਗ ਤੋਂ ਆਪਾਂ ਅੱਗੇ ਨਹੀਂ ਜਾਣਾ। ਕਈ ਹੁੰਦੇ ਨੇ ਉਹ ਦੇਖੋ ਉਹਨਾਂ ਦਾ ਚਲਾਨ ਕੱਟਿਆ, ਆਈ ਥਿੰਕ ਪਤਾ ਨਹੀਂ ਉਹਨਾਂ ਹੈਲਮਟ ਨਹੀਂ ਪਾਇਆ ਤਾਂ ਕਰਕੇ, ਪਤਾ ਨਹੀਂ ਜ਼ੈਬਰਾ ਕ੍ਰੋਸਿੰਗ 'ਤੇ ਖੜ੍ਹ ਕੇ ਸੀ ਤਾਂ ਕਰਕੇ ਕੱਟਿਆ ਉਹਨਾਂ ਦਾ। ਸੋ ਅੱਜ ਕੱਲ੍ਹ ਲੁਧਿਆਣੇ 'ਚ ਤਾਂ ਬਹੁਤ ਹੋ ਰਿਹਾ ਜ਼ੈਬਰਾ ਕ੍ਰੋਸਿੰਗ, ਜੇ ਆਪਾਂ ਕ੍ਰੋਸ ਕਰਦੇ ਹਾਂ ਤਾਂ ਚਲਾਨ ਵੀ ਕੱਟ ਦਿੰਦੇ ਆ। ਬਾਕੀ ਵਧੀਆ, ਰੂਲਸ ਨੂੰ ਮੰਨਣਾ ਚਾਹੀਦਾ, ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਰਹੇ ਬੰਦਾ ਬਹੁਤ ਸਹੀ ਆ। ਅਤੇ ਗਾਈਜ਼, ਜਿੱਥੇ ਆਪਾਂ ਜਾ ਰਹੇ ਹਾਂ ਅੱਜ, ਅਤੇ ਉਹ ਇੱਥੋਂ ਘੱਟੋ ਘੱਟ ਤੁਸੀਂ ਲਾ ਲਓ ਲੁਧਿਆਣੇ ਤੋਂ 20 ਕਿਲੋਮੀਟਰ ਆ ਫਿਰੋਜ਼ਪੁਰ ਰੋਡ ਤੋਂ। ਅਤੇ ਉਹਨਾਂ ਦਾ ਨਾਂ ਹੈਗਾ ਜੀ ਰੋਇਲ ਕਾਰ, ਅਤੇ ਬਹੁਤ ਵਧੀਆ ਉਹਨਾਂ ਕੋਲ ਗੱਡੀਆਂ ਨੇ, ਬੈਂਟਲੇ, ਜੀ ਵੈਗਨ, ਹਮਰ, ਔਡੀ, ਜਿਹੜੀ ਆ ਜਿਹਦੀ ਮਰਜ਼ੀ ਤੁਸੀਂ ਰੈਂਟ 'ਤੇ ਤੁਸੀਂ ਕਰਾਉਣੀ ਆ ਵੈਡਿੰਗ ਵਾਸਤੇ, ਸਾਰੀਆਂ ਤੁਹਾਨੂੰ ਮਿਲ ਜੂਗੀਆਂ। ਸੋ ਉੱਥੇ ਜਾ ਕੇ ਦੇਖਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਕਿਹੜੀਆਂ ਹੋਰ ਕਾਰਸ ਨੇ ਉਹਨਾਂ ਕੋਲ, ਚੰਨਾ ਵੱਲ ਜਾ ਕੇ ਗੱਲਾਂ ਪਤਾ ਕਰਦੇ ਹਾਂ। ਸੋ ਗਾਈਜ਼, ਦੇਅਰ ਇਜ਼ ਗ੍ਰੈਂਡ ਵਾਕ ਆਫ ਲੁਧਿਆਣਾ, ਦੇਖ ਸਕਦੇ ਤੁਸੀਂ ਇੱਥੇ ਐਚ ਐਮ ਦਾ ਵੀ ਸ਼ੁਰੂ ਹੈਗਾ। ਅਤੇ ਇਹਨਾਂ ਨੇ ਅੰਡਰਗਰਾਊਂਡ ਵੀ ਬਣਾਇਆ ਅਤੇ ਕ੍ਰਿਸਮਸ ਦੀ ਕਾਫੀ ਵਧੀਆ ਇਹਨਾਂ ਨੇ ਸੈਲੀਬ੍ਰੇਸ਼ਨ ਕੀਤੀ ਹੋਈ ਆ। ਸੋ ਗਾਈਜ਼, ਜਿਹੜੀ ਅੱਜ ਮੈਂ ਵੀਡੀਓ ਪਾਊਂਗਾ ਇਹ ਕ੍ਰਿਸਮਸ ਤੋਂ ਬਾਅਦ ਆਊਗੀ। ਅਤੇ ਮੇਰਾ ਵੀਰ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ, ਉੱਥੇ ਤੁਹਾਨੂੰ ਸਾਰੇ ਅਪਡੇਟ ਮਿਲਦੇ ਰਹੂਗੇ। ਵਾਟ ਹੈਪਨ ਹੇਅਰ ਗਾਈਜ਼, ਇੱਥੇ ਥੋੜ੍ਹਾ ਟ੍ਰੈਫਿਕ ਲੱਗਾ ਆ, ਆਈ ਥਿੰਕ ਕੋਈ ਛੋਟਾ ਮੋਟਾ ਐਕਸੀਡੈਂਟ ਹੋਇਆ, ਬਾਕੀ ਪਤਾ ਨਹੀਂ, ਦੇਖਦੇ ਹਾਂ। ਵਾਟ ਹੈਪਨ ਹੇਅਰ, ਮਾਈ ਗੋਡ, ਆਈ ਥਿੰਕ ਐਕਸੀਡੈਂਟ ਹੋਇਆ, ਗੱਡੀ 'ਚ ਐਕਟਿਵਾ ਵੱਜੀ ਆ। ਓ ਮਾਈ ਗੋਡ, ਠੀਕ ਹੋਈ ਜੀ। ਸੋ ਮੈਂ ਸਾਰਿਆਂ ਨੂੰ ਕਹਿੰਦਾ ਪਲੀਜ਼ ਰੋਂਗ ਸਾਈਡ 'ਤੇ ਨਾ ਆਇਆ ਕਰੋ ਅਤੇ ਆਰਾਮ ਨਾਲ ਚੱਲਿਆ ਕਰੋ, ਸੇਫਟੀ ਗੇਅਰ ਹੈਲਮਟ ਜ਼ਰੂਰ ਪਾਇਆ ਕਰੋ, ਕਿਉਂਕਿ ਲਾਈਫ ਇਜ਼ ਵੈਰੀ ਇੰਪੋਰਟੈਂਟ, ਵਾਰ ਵਾਰ ਨਹੀਂ ਮਿਲਦੀ। ਸੋ ਕੈਰੀਅਰ ਕਰਦੇ ਹਾਂ।
ਗਾਈਜ਼ ਆ ਕੰਡੀਸ਼ਨ ਦੇ ਸਕਦੇ ਹੋ ਉਧਰੋਂ ਪੂਰੀ ਟੌਪ ਦੀ ਕੰਡੀਸ਼ਨ ਹੈ ਪਿੱਛੋਂ ਦੇ ਸਕਦੇ ਹੋ ਅਤੇ ਇਹ ਸੀਗੀ ਬੈਂਟਲੇ ਦੀ ਕੰਡੀਸ਼ਨ ਅਤੇ ਤੁਹਾਨੂੰ ਹੋਰ ਦਿਖਾਉਂਦੇ ਹਾਂ ਲਿੰਬੋਜ਼ੀਨ ਦੀ ਦਿਖਾਉਂਦੇ ਹਾਂ ਬੀਐਮਡਬਲਿਊ ਦੀ ਦਿਖਾਉਂਦੇ ਹਾਂ ਸੋ ਇਹ ਹੈਗੀ ਗਾਈਜ਼ ਲਿੰਬੋਜ਼ੀਨ ਟੀ ਵੀ ਵੀ ਲੱਗਾ ਹੋਇਆ ਵਿੱਚ ਸਿਸਟਮ ਬਹੁਤ ਸੋਹਣਾ ਇਹਦਾ ਮਿਊਜ਼ਿਕ ਸਿਸਟਮ ਵਧੀਆ ਅਤੇ ਉੱਪਰ ਤੁਸੀਂ ਰੂਫ 'ਤੇ ਵੀ ਦੇਖ ਸਕਦੇ ਹੋ ਲਾਈਟ ਲੱਗੀਆਂ ਹੋਈਆਂ ਸਾਈਡ 'ਤੇ ਲਾਈਟ ਲੱਗੀਆਂ ਹੋਈਆਂ ਅਤੇ ਸੀਟਸ ਵੀ ਕਾਫੀ ਜ਼ਿਆਦਾ ਕੰਫਰਟੇਬਲ ਇਹਦੀਆਂ ਡੈਕੋਰੇਸ਼ਨ ਬਹੁਤ ਵਧੀਆ ਗੱਡੀ ਦੀ ਤੁਹਾਨੂੰ ਸਾਰੀਆਂ ਜਿੰਨੀਆਂ ਵੀ ਹੈਗੀਆਂ ਲਗਜ਼ਰੀ ਕਾਰ ਇੱਥੇ ਪ੍ਰਾਈਸ ਦੱਸਦੇ ਹਾਂ ਕੀ ਰੈਂਟ ਨੇ ਇੱਕ ਇੱਕ ਦਿਨ ਦੇ ਸਾਰੀ ਤੁਹਾਨੂੰ ਡਿਟੇਲ ਦੱਸਾਂਗੇ ਅੱਗੇ ਇੰਦਰੋਂ ਤੁਹਾਨੂੰ ਇਹਦੀ ਕੰਡੀਸ਼ਨ ਆਉਂਦੇ ਹਾਂ ਕੰਡੀਸ਼ਨ ਹਵਰ ਦੀ ਲਾਈਟ ਲੂਟ ਲੱਗੀ ਹੋਈ ਹੈ ਇਹ 'ਚ ਵੀ ਸੋ ਗਾਈਜ਼ ਹੁਣ ਤੁਹਾਨੂੰ ਦੱਸਦੇ ਹਾਂ ਇਹਦਾ ਸਾਰੀਆਂ ਕਾਰਸ ਦੇ ਰੈਂਟ ਸੋ ਆਹ BMW ਹੈਗੀ ਆ ਇਹਦਾ ਰੈਂਟ ਹੈਗਾ ਜੀ 30,000 ਪਰ ਡੇ ਅਤੇ ਨਾਲ ਆਪਣਾ ਬੰਦਾ ਵੀ ਭੇਜ ਦੂਗੇ ਅਤੇ ਤੁਹਾਨੂੰ ਕੋਈ ਖੇਚਲ ਕਰਨ ਦੀ ਲੋੜ ਨਹੀਂ ਅਤੇ ਡੈਕੋਰੇਸ਼ਨ ਵੀ ਹੋਈ ਹੋਊਗੀ ਗੱਡੀ ਦੇ ਅਤੇ ਲਿੰਬੋਜ਼ੀਨ ਦੀ ਹੈਗੀ ਆ ਆਪਣਾ ਕ੍ਰਾਈਸਲਰ ਦੀ ਇਹ ਤੁਹਾਨੂੰ ਪੈ ਜੂਗੀ 50,000 ਦੀ 50,000 ਸਮਥਿੰਗ ਅਤੇ ਜੇ ਤੁਸੀਂ ਇਕੱਠੀਆਂ ਕਰਾਉਣੀਆਂ ਹੋਣ ਸਾਰੀਆਂ ਕਾਰਸ ਇਕੱਠੀਆਂ ਕਰਾਉਣੀਆਂ ਹੋਣ ਜਿੰਨੀਆਂ ਵੀ ਹੈਗੀਆਂ ਅਤੇ ਇਹ ਤੁਹਾਨੂੰ ਇਹ 'ਤੇ ਡਿਸਕਾਊਂਟ ਵੀ ਦੇ ਦੇਣਗੇ ਅਤੇ ਹੋਰ ਲਾਈਕ ਬੈਂਟਲੀ ਹੈਗੀ ਬੈਂਟਲੀ ਦਾ 50,000 ਆ ਅਤੇ ਸਭ ਤੋਂ ਸਸਤੀ ਇੱਥੇ ਹੈਗੀ ਹੈ ਜੀ ਓਡੀ ਓਡੀ ਦਾ ਤੁਹਾਨੂੰ 10K ਪਊਗਾ 10,000 ਅਤੇ ਉਸ ਤੋਂ ਬਾਅਦ ਫਿਰ ਰੇਂਜ ਰੋਵਰ 20 ਦੀ ਪਊਗੀ ਉਹ 20,000 ਦੀ ਅਤੇ ਹਮਰ ਵੀ ਖੜੀ ਹੋਈ ਇਹਨਾਂ ਕੋਲ ਹਮਰ ਦਾ ਪਊਗਾ ਤੁਹਾਨੂੰ 50,000 ਅਤੇ G-Wagon ਵੀ ਹੈਗੀ ਇਸੇ ਸਾਲ ਆਈ ਹੈ ਨਵੀਂ ਲੈ ਕੇ ਆਏ ਆ ਅਤੇ ਉਹਦਾ ਵੀ ਤੁਹਾਨੂੰ 60 ਸਮਥਿੰਗ ਪੈ ਜੂਗਾ ਅਤੇ ਹੋਰ ਵੀ ਜੇ ਤੁਸੀਂ ਕੋਈ ਵੀ ਕੁਐਸਚਨ ਵਗੈਰਾ ਪੁੱਛਣਾ ਮੈਨੂੰ ਕੰਟੈਕਟ ਕਰ ਸਕਦੇ ਹੋ ਭਾਅ ਜੀ ਨੂੰ ਕੰਟੈਕਟ ਕਰ ਸਕਦੇ ਹੋ ਅਤੇ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਨੰਬਰ ਪਾ ਦੂੰਗਾ ਦੋ ਕੰਟੈਕਟ ਨੰਬਰ ਨੇ ਰੋਇਲ ਲਿੰਬੋਜ਼ 'ਤੇ ਅਤੇ ਇਹ ਇਹਦੀ ਐਗਜੈਕਟ ਲੋਕੇਸ਼ਨ ਹੈਗੀ ਜਦੋਂ ਆਪਾਂ ਲੁਧਿਆਣੇ ਤੋਂ ਮੋਗੇ ਵੱਲ ਨੂੰ ਜਾਈਦਾ ਰਸਤੇ 'ਚ ਆਉਂਦੇ ਨੇ ਅਤੇ ਚੌਂਕੀ ਹੈਗੀ ਉੱਥੇ ਫੌਜੀਆਂ ਦੀ ਉਹਨਾਂ ਦੇ ਓਪੋਜਿਟ ਹੀ ਹੈ ਜਮਾਂ ਅਤੇ ਲੋਕੇਸ਼ਨ ਤੁਹਾਨੂੰ ਪੂਰੀ ਅਪਡੇਟ ਕਰ ਦਾਂਗੇ ਗੂਗਲ ਦਾ ਲਿੰਕ ਪਾ ਦਾਂਗੇ ਅਤੇ ਉਮੀਦ ਹੈ ਤੁਹਾਨੂੰ ਵੀਡੀਓ ਇੱਥੇ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਮੇਰਾ ਵੀਰ ਪਲੀਜ਼ ਸਬਸਕ੍ਰਾਈਬ ਅਤੇ ਸ਼ੇਅਰ ਕਰਿਓ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਬਾਏ ਬਾਏ ਸੀ ਯੂ ਟੇਕ ਕੇਅਰ